ਇੱਕ ਵਾਰ ਜ਼ੋਰਦਾਰ ਤੁਹਾਡੇ ਦੇ ਨਾਲ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਤੋਂ ਮਿਹਰਬਾਨੀ। ਅੱਜ ਬੜੀ ਦੇਰ ਬਾਅਦ ਇਸ ਮਜਲਿਸ ਦੇ ਵਿੱਚ ਪਰਫੋਰਮ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਚਾਰ ਸਤਰਾਂ ਸ਼ੇਰ ਦੇ ਨਾਲ ਮਜਲਿਸ ਦਾ ਆਗਾਜ਼ ਕਰਦਾ ਕਿ ਅੱਜ ਹੱਸਦੀਆਂ ਫਿਰਨ ਦੁਆਵਾਂ ਰੱਬ ਦੇ ਵਿਹੜੇ, ਅੱਜ ਮੁੜ ਹੋਈਆਂ ਮਨਜ਼ੂਰ ਵਸਲ ਦੀਆਂ ਘੜੀਆਂ, ਅੱਜ ਤਖ਼ਤ ਹਜ਼ਾਰਿਓਂ ਝੰਗ ਬਰਾਤਾਂ ਆਈਆਂ, ਅੱਜ ਸਖੀਆਂ ਲਾੜਾ ਤੱਕਣ ਚੁਬਾਰੇ ਚੜ੍ਹੀਆਂ, ਕਿਤੇ ਹੀਰ ਸਹੇਲੀਆਂ ਨਾਲ ਬੂਟੀਆਂ ਪਾਵੇ, ਉਹਦੀ ਮਹਿੰਦੀ ਦਾ ਰੰਗ ਵੇਖ ਸੌਂਕਣਾ ਸੜੀਆਂ, ਕਿਤੇ ਆਸ਼ਕ ਮਰ ਗਏ ਦੋ ਮਿੱਠੜੇ ਬੋਲਾਂ 'ਤੇ, ਕਿਤੇ ਮਾਸ਼ੂਕਾਂ ਤਾਂ ਆਪਣੀ ਜ਼ਿੱਦ 'ਤੇ ਅੜੀਆਂ, ਕੋਈ ਆਖੇ ਵੇ ਰੰਗਰੇਜ਼ਾ ਕਰ ਬਟਵਾਰਾ, ਜੋ ਆਪਾਂ ਇਕੱਠਿਆਂ ਭੱਜ ਕੇ ਦਿੱਤਲੀਆਂ ਫੜੀਆਂ। ਸਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਸੀ ਘਟਨਾਵਾਂ, ਅਸੀਂ ਇੱਕ ਇੱਕ ਕਰਕੇ ਲਫ਼ਜ਼ਾਂ ਦੇ ਵਿੱਚ ਜੜੀਆਂ। ਆ ਹੁਣ ਫੇਰ ਨਾ ਮੱਥੇ ਲੱਗ ਜਾ ਸ਼ਾਇਰ ਚੰਦਰਾ, ਸਾਨੂੰ ਵੇਖ ਖਾਹਿਸ਼ਾਂ ਭੱਜ ਕੇ ਅੰਦਰ ਵੜੀਆਂ। ਅੱਜ ਮੁੜ ਸਰਤਾਜ ਨੇ ਖੈਰ ਮੁਹੱਬਤਾਂ ਦੇ ਲਈ ਸੰਗੀਤ ਦੇ ਇਸ ਦਰਬਾਰ 'ਚ ਨਜ਼ਮਾਂ ਪੜ੍ਹੀਆਂ। ਅੱਜ ਮੁੜ ਸਰਤਾਜ ਨੇ ਖੈਰ ਮੁਹੱਬਤਾਂ ਦੇ ਲਈ ਸੰਗੀਤ ਦੀ ਇਸ ਮਜਲਿਸ ਵਿੱਚ ਮਹਿਫਲ ਦੇ ਨਜ਼ਮਾਂ ਪੜ੍ਹੀਆਂ। ਲਓ ਜੀ ਮਿਹਰਬਾਨੀ। ਸਾਲ ਤੋਂ ਬਾਅਦ 2006 ਤੋਂ ਬਾਅਦ 2016 ਦੇ ਸਾਹਮਣੇ ਬੈਠ ਕੇ ਤੁਸੀਂ ਸੁਣ ਰਹੇ, ਮਿਹਰਬਾਨੀ। ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ, ਜੀਓ ਸੋਹਣਿਓ, ਦੁਨੀਆਂ ਦੀ ਸਭ ਤੋਂ ਖੂਬਸੂਰਤ ਤਾਲ ਇਹੀ ਹੈ। ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ, ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ, ਦੇਖ ਲਾ ਜਲੰਧਰ ਚ ਨੱਚਦੀ ਫਿਰੇ, ਐਲੇ ਤੱਕ ਸੁਣ ਜਾਂਦੀ ਹੂਕ ਸੋਹਣਿਆ। ਇਹ ਥੋੜ੍ਹੀ ਜਿਹੀ ਜਿਹੜੀ ਥਕਾਵਟ ਹੈ, ਅਸੀਂ ਸਿੱਧੇ ਲੋਸ ਏਂਜਲਸ ਤੋਂ ਇੱਥੇ ਆਏ ਹਾਂ। ਇੱਕ ਵੱਡੀ ਖੁਸ਼ਖਬਰੀ ਮੈਂ ਸਾਂਝੀ ਕਰਦਾ ਇਸ ਮਜਲਿਸ 'ਚ ਕਿ ਜਿਹੜੀ ਅਸੀਂ ਇੱਕ ਫਿਲਮ ਕੀਤੀ ਸੀ ਹੋਲੀਵੁੱਡ ਦੀ, ਦ ਬਲੈਕ ਪ੍ਰਿੰਸ, ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗਾਨੀ 'ਤੇ ਬਾਇਓਪਿਕ ਹੈ, ਬ੍ਰਿਲਸਟੀਨ ਇੰਟਰਟੇਨਮੈਂਟ ਪਾਰਟਨਰਸ ਲੋਸ ਏਂਜਲਸ ਵੱਲੋਂ ਹੋਲੀਵੁੱਡ ਵੱਲੋਂ ਫਿਲਮ ਬਣਾਈ ਗਈ। ਔਰ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਅਸੀਂ ਹੁਣੇ ਉੱਥੇ ਉਹਦੀ ਡਬਿੰਗ ਕਰਕੇ ਮੁੜੇ ਹਾਂ। ਪ੍ਰੋਡਕਸ਼ਨ ਹਾਊਸ ਨੇ ਉਸ ਫਿਲਮ ਨੂੰ ਪੰਜਾਬੀ ਵਿੱਚ ਵੀ ਡਬਿੰਗ ਕਰਨ ਦੇ ਲਈ ਐਗਰੀ ਹੋ ਗਏ ਨੇ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋ, ਜ਼ੋਰਦਾਰ ਤਾੜੀ ਇਸ ਚੀਜ਼ ਦੇ ਨਾਮ ਦੀ। ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ, ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ, ਦੇਖ ਲਾ ਜਲੰਧਰਾਂ 'ਚ ਨੱਚਦੀ ਫਿਰੇ, ਐਲੇ ਤੱਕ ਸੁਣ ਜਾਂਦੀ ਹੂਕ ਸੋਹਣਿਆ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ, ਇਹ ਪਾਗਲਾ ਤੁਸੀਂ ਕਹਿਣਾ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ, ਪਾਗਲਾ ਇਸ਼ਕ ਹੁੰਦਾ ਕੋਹੇ ਨੂਰ ਵਰਗਾ, ਉਹ ਲੰਡਨੋਂ ਬਚਾਈਦਾ, ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ, ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਲੁਕਾਈਦਾ, ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ, ਪਾਗਲਾ।
16 ਪੁੱਠੀਆਂ ਸਿੱਧੀਆਂ ਲੱਗਦੀ ਬੁਲਾਰੀ ਬਾਜੀ ਨੂੰ ਨਾ ਕਰਿਓ, ਅਸੀਂ ਗਵਾਈਏ ਨਹੀਂ, ਲਖਵਿੰਦਰ ਭਾਈ ਨੂੰ ਕਹਿ ਰਹੇ ਹਾਂ ਰੌਲੇ ਵਿੱਚ ਹਾਨੀਆਂ ਹਾਨੀਆਂ ਕੇ ਕੋਈ ਮਾਰੂ ਪਾਨੀਆਂ ਤੇ ਕਾਨੀਆਂ ਤੂੰ ਕਰਨਾ ਨਦਾਨੀਆਂ ਵੀਰਾਨੀਆਂ ਚਰੁਲ ਜੂ ਜਵਾਨੀਆਂ ਦੇ ਜਾਨੀਆਂ ਇਹ ਜ਼ਿੰਦਗੀ ਲਸਾਨੀਆਂ ਇਸ ਨੂੰ ਐਵੇਂ ਨਹੀਂ ਗਵਾਈਦਾ ਇਹ ਜ਼ਿੰਦਗੀ ਲਸਾਨੀਆਂ ਇਸ ਨੂੰ ਐਵੇਂ ਨਹੀਂ ਗਵਾਈਦਾ ਆਗਦਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੋਕੀ ਕਿੱਥੇ ਚੜਦੇ ਨੇ ਯਾਰੀਆਂ ਕੇ ਤਾਂ ਰਹਿੰਦੇ ਕਰਦੇ ਤਿਆਰੀਆਂ ਹਰਾਂਜੇ ਨੇ ਤਾਂ ਮੱਚੀਆਂ ਵਿਚਾਰੀਆਂ ਤੇ ਅੰਤ ਵੇਖ ਹੋ ਗਈਆਂ ਖੁਆਰੀਆਂ ਆ ਜੱਗ ਦੀਆਂ ਰਸਮਾਂ ਆ ਜੱਗ ਦੀਆਂ ਰਸਮਾਂ ਨਿਆਰੀਆਂ ਉਹ ਖੁਦ ਨੂੰ ਬਚਾਈਦਾ ਪਾਗਲਾ ਆ ਜੱਗ ਦੀਆਂ ਰਸਮਾਂ ਨਿਆਰੀਆਂ ਉਹ ਖੁਦ ਨੂੰ ਬਚਾਈਦਾ ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਪਾਈਦਾ ਪਾਗਲਾ ਸਲੀਮ ਜੀ ਵਾਂਗੂ ਥੋੜਾ ਸੁਰੀਲਾ ਹੋ ਜਾਈਵੇ ਅਭਿਆਸ ਕਰ ਲੈਣਾ ਚਾਹੀਦਾ ਸਾਡੇ ਵਰਗੇ ਬੰਦੇ ਨੂੰ ਜਿਹੜੇ ਨੀਂਦਾ ਨੀਂਦੇਗਾ ਪਾਵਾਂਗਾ ਤਾਂ ਪਾਵਾਂਗਾ ਰੇਗਾ ਨੀਂਦਾ ਨੀਂਦੇਗਾ ਅੱਜ ਮਜਲਿਸ ਇੰਨੀ ਭਰੀ ਦੇਖ ਕੇ ਬੜਾ ਖੁਸ਼ੀ ਹੋ ਰਹੀ ਹੈ ਤੇ ਮੇਰਾ ਜੀ ਕਰਦਾ ਆਜ ਜਾਣੇ ਕੀ ਜ਼ਿੱਦ ਨਾ ਰਮਜ਼ ਰੋਲਵੀ ਮੂਰਖਾ ਦਿਲਾਂ ਦਾ ਗੂੰਹਾ ਢੋਲਵੀ ਉਹ ਮੂਰਖ
ਤੋਂ ਖਾਬ ਖੋਲਵੀ ਮੂਰਖਾ ਤੇ ਗੀਤਾਂ ਤੂੰ ਪਰੋਲਵੀ ਮੂਰਖਾ ਸੁਰਾਂ ਨੂੰ ਜ਼ਰਾ ਛੋਲਵੀ ਸਰਤਾਜ ਐਦਾਂ ਨਹੀਂ ਉਗਾਈਦਾ ਪਾਗਲਾ ਸੁਰਾਂ ਨੂੰ ਜ਼ਰਾ ਛੋਲਵੀ ਉਸ ਸਰਤਾਜ ਐਦਾਂ ਨਹੀਂ ਉਗਾਈਦਾ ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਪਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਹਾਜ਼ਰਾ ਤਾੜੀ 1 2 3 ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਓਏ ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ ਦੁਨੀਆਂ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਬੰਦੇ ਨੂੰ ਅਲਾਮਤ 'ਚ ਮਿਲਦੀਆਂ ਪਰਮਾਤਮਾ ਵੱਲੋਂ ਕਿਹੜੀਆਂ ਨੇ ਸ਼ੋਹਰਤ ਇੱਜ਼ਤ ਇਲਮ ਅਮੀਰੀ ਤਾਕਤਾਂ ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰ ਦੇਂਦੇ ਸ਼ੋਹਰਤ ਇੱਜ਼ਤ ਇਲਮ ਅਮੀਰੀ ਤਾਕਤਾਂ ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰ ਦੇਂਦੇ ਜਿਨ੍ਹਾਂ ਦੇ ਚਿਹਰੇ ਵਿੱਚ ਖਿੱਚ ਜਿਹੀ ਹੁੰਦੀ ਏ ਉਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ ਜੇ ਚੰਗਾ ਲੱਗਿਆ ਜ਼ੋਰ ਦਾ ਤਾੜੀ ਦੇ ਨਾਲ ਇੱਕ ਵਾਰੀ ਦਾਸ ਜ਼ਰੂਰ ਦੇ ਦਿਓ ਕਿਉਂਕਿ ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਇਸ ਤੋਂ ਜ਼ਿਆਦਾ ਹੋਰ ਦੱਸੋ ਕੀ ਹੋ ਸਕਦਾ ਕੁਦਰਤ ਨੇ ਵੀ ਤਾਰੇ ਉਹਨਾਂ ਨਾਲ ਜੋੜੇ ਨੇ ਮਾਜ਼ਬ ਇਸ ਤੋਂ ਜ਼ਿਆਦਾ ਹੋਰ ਦੱਸੋ ਕੀ ਹੋ ਸਕਦਾ ਕੁਦਰਤ ਨੇ ਵੀ ਤਾਰੇ ਉਹਨਾਂ ਨਾਲ ਜੋੜੇ ਨੇ ਉਹ ਜੇ ਹੁਣ ਉਦਾਸ ਤਾਂ ਨੇੜੇ ਹੋ ਜਾਂਦੇ ਹਲਕਾ ਜਿਹਾ ਮੁਸਕਾਉਣ ਸਵੇਰੇ ਹੁੰਦੇ ਨੇ ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਆਂ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਹਾਂ ਮਿਹਰਬਾਨੀ ਇਹ ਛੋਟੇ ਛੋਟੇ ਅਫਸਾਨੇ ਮੈਂ ਕੋਸ਼ਿਸ਼ ਕਰਦਾ ਸਾਰੇ ਗਾਦਾਂ ਮੈਨੂੰ ਪਿੱਛੇ ਰੀਲ ਰੂਮ 'ਚ ਕਾਫੀ ਕੁਛ ਉਹਨਾਂ ਨੇ ਦੱਸਿਆ
ਇੱਕ ਗੀਤ ਇਹ ਇਹੋ ਜਿਹੀ ਮਜਲਿਸ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਹੜੀਆਂ ਕਦੀ ਚੀਜ਼ਾਂ ਗਾਈਆਂ ਨਹੀਂ ਰਿਕਾਰਡ ਨਹੀਂ ਹੋਈਆਂ ਉਹ ਗਾਈਏ ਤਾਂ ਕਿ ਉਹ ਪ੍ਰਿਜ਼ਰਵ ਹੋ ਜਾਣ। ਅੰਦਰੋਂ ਨਹੀਂ ਸ਼ਰਾਫਤ ਜਾਂਦੀ ਇਹ ਸਾਡੇ ਵਿੱਚ ਖਾਮੀ ਏ, ਅੰਦਰੋਂ ਨਹੀਂ ਸ਼ਰਾਫਤ ਜਾਂਦੀ ਇਹ ਸਾਡੇ ਵਿੱਚ ਖਾਮੀ ਏ। ਚਲੋ ਕੋਈ ਨਹੀਂ ਫਿਰ ਕੀ ਹੋਇਆ, ਰੱਬ ਤਾਂ ਸਾਡਾ ਹਾਮੀ ਏ। ਹੋ ਚੰਗੇ ਭਲੇ ਗਰੀਬੀ ਤਾਂ ਵੇ ਰਾਤ ਦਿਹਾੜੀ ਕੱਟਦੇ ਸੀ, ਹੁਣ ਟਿਕ ਕੇ ਨਹੀਂ ਬਹਿੰਦਾ ਪਹਿਲਾਂ ਤੇਲਾ ਵੀ ਨਹੀਂ ਵੱਟਦੇ ਸੀ। ਜਿੱਧਰੋਂ ਰੋਕੋ ਉੱਧਰ ਹੀ ਜਾਂਦਾ ਮਨ ਵੀ ਬੜਾ ਹਰਾਮੀ ਏ। ਚਲੋ ਕੋਈ ਨਹੀਂ ਫਿਰ ਕੀ ਹੋਇਆ, ਰੱਬ ਤਾਂ ਸਾਡਾ ਹਮੀ ਏ। ਇਹ ਮੁੰਡੇ ਵੀ ਬੈਠੇ ਆ ਅਤੇ ਮੈਂ ਇਹ ਸਾਡੀ ਇੱਕ ਨਵੀਂ ਐਲਬਮ ਜਿਹੜੀ ਸੀ ਰਿਲੀਜ਼ ਕੀਤੀ ਸ਼ਮਾਰੂ ਤੋਂ, ਉਹਦੇ 'ਚ ਇੱਕ ਗਾਣਾ ਅਸੀਂ ਯੂਕੇ ਟੂਰ ਕੀਤਾ ਅਤੇ ਉਹਨਾਂ ਨੂੰ ਬੜੀ ਹੈਰਾਨੀ ਹੋਈ BBC ਨੂੰ ਕਿ ਕਹਿੰਦੇ ਆ ਕਿ ਵਟਸਐਪ 'ਤੇ ਤੁਸੀਂ ਗਾਣਾ ਲਿਖਿਆ, ਤੁਸੀਂ ਤਾਂ ਬੜਾ ਸੂਫੀ ਕਿਸਮ ਦੇ ਗਾਣੇ ਲਿਖਦੇ ਹੋ। ਮੈਂ ਕਿਹਾ ਜੀ ਤੁਸੀਂ ਸੁਣ ਲਿਓ, ਇਹ ਵੀ ਸੂਫੀ ਹੀ ਆ। ਸੋ ਮੈਂ ਕੋਸ਼ਿਸ਼ ਕਰਦਾ। ਕਿਉਂਕਿ ਮੈਜੋਰਟੀ ਸਾਡੇ ਯੰਗਸਟਰਸ ਜਦੋਂ ਹੁਣ ਬੈਠਦੇ ਆ ਕਿਤੇ ਡਿਨਰ 'ਤੇ ਲੰਚ 'ਤੇ ਜਾਂਦੇ ਆ, 7-8 ਜਾਣੇ ਹੁੰਦੇ ਆ, ਆਰਡਰ ਦੇ ਕੇ ਪਤਾ ਨਹੀਂ ਹੁੰਦਾ ਕਿਹੜਾ ਚੱਲ ਗਿਆ ਕਿਹੜਾ ਆ ਗਿਆ, ਬਸ ਆਪਣੇ ਆਪ ਦੀ ਮਸਰੂਫ ਹੁੰਦੇ ਆ ਉਸ ਚੀਜ਼ ਦਾ ਜ਼ਿਕਰ ਹੈ। ਹਾਏ ਪੈ ਗਿਆ ਕਿੰਨਾ ਗੈਪ, ਸਮਾਂ ਤਾਂ ਖਾ ਗਿਆ ਏ ਵਟਸਐਪ ਏ। ਪੈ ਗਿਆ ਕਿੰਨਾ ਗੈਪ, ਸਮਾਂ ਤਾਂ ਖਾ ਗਿਆ ਏ ਵਟਸਐਪ, ਚੈਟ ਕੋਈ ਆ ਗਈ ਵਿਦ ਸਨੈਪ, ਜਵਾਨੀ ਕਿੱਧਰ ਚੱਲੀ। ਆ ਕੁਝ ਸੈਲਫੀ ਖਿੱਚ ਫਸਾ ਲੈਣੀ, ਆ ਤੂੰ ਕੰਮ ਤੋਂ ਬਾਹਰ ਬੁਲਾ ਲੈਣੀ, ਆ ਕਿਹੜੇ ਕੰਮੀ ਲਾ ਲੈ ਆਪ ਲੁੱਕ ਬਹਿ ਗਈ ਕੱਲੀ। ਕਹਿੰਦਾ ਇੰਨਾ ਵੇਲਾ, ਇੰਨਾ ਵੇਲਾ, ਇੰਨਾ ਵੇਲਾ ਵੀ ਹੋ ਸਕਦਾ ਏ ਕੋਈ ਬੰਦਾ ਸਾਰਾ ਦਿਨ ਹੀ ਫੋਨ ਨਾ ਆਸਾ ਪਾਸਾ ਵੇਖੇ। ਜਿੱਧਰੋਂ ਖੁਸ਼ੀ ਪਾਲਦਾ ਉਹ ਤਾਂ ਨਿਰੇ ਭੁਲੇਖੇ, ਭੁਲੇਖੇ ਉਹ ਨਿਰੇ ਭੁਲੇ।
ਅੱਖੀਆਂ ਬਣੀਆਂ ਸੀ ਜੋ ਮਾਨਣ ਸੱਜਰਿਆਂ ਫੁੱਲਾਂ ਨੂੰ ਜਾਂ ਫਿਰ ਅੱਧੀ ਰਾਤ ਨੂੰ ਵੇਖਣ ਛੱਤ ਦੇ ਤਾਰੇ ਆ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗਾਹ ਟਿਕਾਈਆਂ ਨੇ ਤੂੰ ਤਾਂ ਆਪਣੀ ਤਲੀ ਦੇ ਉੱਪਰ ਨਿਗਾਹ ਟਿਕਾਈਆਂ ਨੇ ਤੇਰੇ ਉੱਪਰੋਂ ਗੁਜ਼ਰੀ ਜਾਂਦੇ ਬੱਦਲ ਭਾਰੇ ਨਜ਼ਾਰੇ ਫੁੱਲਾ ਸਾਡੇ ਸਪੈਸ਼ਲੀ ਨੌਰਥਨ ਇੰਡੀਆ ਦੇ ਵਿੱਚ ਮੈਜੋਰਟੀ ਜਿਹੜੇ ਐਕਸੀਡੈਂਟਸ ਨੇ ਮੇਰੇ ਖਿਆਲ 'ਚ ਉਹ ਇਸੇ ਕਰਕੇ ਹੁੰਦੇ ਆ ਕਿਉਂਕਿ ਮੁੰਡੇ ਨਾਲੇ ਤਾਂ ਡਰਾਈਵ ਕਰ ਰਹੇ ਨੇ ਪਰ ਨਾਲੇ ਗਰਲਫ੍ਰੈਂਡ ਨੂੰ ਮੈਸੇਜ ਕਰੀ ਜਾਂਦੇ ਆ ਕਈ ਵਾਰੀ ਸਨੈਪਚੈਟ ਭੇਜਦੇ ਕਿ ਅੱਛਾ ਮੈਂ ਇੱਥੇ ਪਹੁੰਚ ਗਿਆ ਪਰ ਇਹ ਚੰਗੀ ਗੱਲ ਨਹੀਂ ਥੋੜ੍ਹਾ ਜਿਹਾ ਗੌਰ ਕਰੋ ਆ ਨਹੀਂ ਚੱਲਣਾ ਨਾਲੇ ਚੈਟ ਤੇ ਨਾਲ ਡਰਾਈਵਰੀਆਂ ਰੋਕਣ ਵਾਲਿਆਂ ਨੂੰ ਤੂੰ ਕਹਿੰਦਾ ਮਾਮੇ ਸਾਲੇ ਸੜਕਾਂ ਤੋਂ ਹੀ ਜਾਂਦੇ ਬੱਚਿਆਂ ਵਾਲੇ ਵਾਲੇ ਉਹ ਬੱਚਿਆਂ ਚੰਗੀਆਂ ਗਵਾਈਆਂ ਨੂੰ ਸ਼ਾਇਰਾਂ ਨੂੰ ਸੰਗੀਤਕਾਰਾਂ ਨੂੰ ਅਵਾਰਡ ਦਿੱਤੇ ਜਾਂਦੇ ਨੇ ਜਿਵੇਂ ਗੁਰਮੀਤ ਭਾਅ ਜੀ ਬੈਠੇ ਆ ਮੈਂ ਕੀ ਕਹਿ ਰਿਹਾ ਤੈਨੂੰ ਖੁਦ ਵੀ ਲੱਗਦਾ ਜ਼ਿੰਦਗੀ ਵਿੱਚ ਕੁਝ ਕੀਤਾ ਤੂੰ ਇਹਨਾਂ ਉਂਗਲੀਆਂ ਨਾਲ ਜੇ ਕੋਈ ਤੂੰ ਸਾਜ਼ ਵਜਾਉਂਦਾ ਤੈਨੂੰ ਖੁਦ ਵੀ ਲੱਗਦਾ ਜ਼ਿੰਦਗੀ ਵਿੱਚ ਕੁਝ ਕੀਤਾ ਤੂੰ ਇਹਨਾਂ ਉਂਗਲੀਆਂ ਨਾਲ ਜੇ ਕੋਈ ਤੂੰ ਸਾਜ਼ ਵਜਾਉਂਦਾ ਪਰ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ ਉਹਨੇ ਤੇਜ਼ੀ ਨਾਲ ਕਿਤੇ ਹਰਮੋਨੀਅਮ ਵਜਾਉਂਦਾ ਭੂਰੇ ਖਾਨ ਸਾਹਿਬ ਤੱਕ ਪਹੁੰਚ ਜਾਣਾ ਸੀ ਤੈਨੂੰ ਖੁਦ ਵੀ ਲੱਗਦਾ ਜ਼ਿੰਦਗੀ ਵਿੱਚ ਕੁਝ ਕੀਤਾ ਤੂੰ ਇਹਨਾਂ ਉਂਗਲੀਆਂ ਨਾਲ ਜੇ ਕੋਈ ਤੂੰ ਸਾਜ਼ ਵਜਾਉਂਦਾ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ ਤੇਰੀ ਵਟਸਐਪ ਨੇ ਤੇਜ਼ੀ ਖਾ ਲਈ ਉਂਗਲਾਂ ਦੀ ਤੇ ਬੈਠਾ ਤੱਕਦਾ ਰਹਿੰਦਾ ਕਦ ਨੀਲਾ ਟਿਕ ਆਉਂਦਾ ਆਉਂਦਾ
ਲੰਬੇ ਨਾ ਹੋ ਜਾਣ ਮੈਨੂੰ ਦੱਸ ਦਿਓ, ਜਦੋਂ ਵੀ ਖਤਮ ਕਰਨਾ ਆਪਾਂ ਉਦੋਂ ਹੀ ਕਰ ਦੇਣਾ ਕਿਉਂਕਿ ਇਹ ਬੜਾ ਲਿਮਿਟਡ ਐਡੀਸ਼ਨ ਹੁੰਦਾ ਪਰਫੋਰਮੈਂਸ ਦਾ। ਇੱਕ ਦੋ ਗਾਣੇ ਮੈਂ ਛੋਟੇ ਜਿਹੇ ਹੋਰ ਗਾ ਦਾਂ, ਜਦੋਂ ਹੁਕਮ ਹੋਇਆ ਸੀ ਮੈਂ ਫਰਮਾਇਸ਼ ਨਹੀਂ ਕਦੀ ਕਹਿੰਦਾ, ਮੇਰੀ ਹੀਰੀਏ ਨੀ ਮੇਰੀਏ ਫਕੀਰੀਏ ਨੀ ਸੋਣੀਏ, ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ। ਇਹ ਗੀਤ ਮੈਨੂੰ ਲੱਗਦਾ ਸਾਰਿਆਂ ਮੁਹੱਬਤ ਕਰਨ ਵਾਲਿਆਂ ਨੂੰ ਯਾਦ ਹੀ ਹੋਣਾ, ਕਿਉਂਕਿ ਯਾਦ ਆਵੇ ਤੇਰੀ ਦੇਖਾਂ ਜਦੋਂ ਚੰਦ ਮੈਂ, ਆ ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ, ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ, ਕਾਸ਼ ਤੈਨੂੰ ਵੀ ਹੋਵਾਂ ਇਦਾਂ ਪਸੰਦ ਮੈਂ। ਅੱਕਾ ਤੋਂ ਐਲੇ ਤੋਂ ਬੁਲਾਇਆ ਪੱਟ ਹੋਣੀਏ, ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ। ਪਸੰਦੀਦਾ ਸ਼ੇਰ ਹੈ, ਗੌਰ ਕਰਿਓ। ਮੈਂ ਤਾਂ ਚਿੜੀਆਂ ਨੂੰ ਪੁੱਛਾਂ ਕੁਝ ਬੋਲੋ ਨੀ, ਕਦੋਂ ਆਊ ਮੇਰੀ ਹੀਰ ਭੇਦ ਖੋਲੋ ਨੀ, ਹਾਂ ਤੁਸੀਂ ਜਾਓ ਸੱਚੀ ਜਾਓ ਉਹਨੂੰ ਟੋਲੋ ਨੀ, ਜਾ ਕੇ ਫੁੱਲਾਂ ਵਾਲਾ ਜੰਗਲ ਫਰੋਲੋ ਨੀ, ਉਹ ਗੁਲਾਬ ਦੀਆਂ ਪੱਤੀਆਂ ਚ ਹੋਣੀ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀ। ਇਹ ਸਤਿੰਦਰ ਜੋ ਗਾਉਂਦਾ ਇਹਨੂੰ ਗਾਣ ਦੇ, ਇਹ ਤਾਂ ਹੋ ਗਿਆ ਸ਼ੁਦਾਈ ਰੌਲਾ ਪਾਣ ਦੇ, ਬਸ ਹਮਜ਼ਾ ਵਾਲੀ ਛੱਤਰੀ ਤੂੰ ਤਾਣ ਦੇ, ਬਾਕੀ ਰੱਬ ਜੋ ਕਰੇਂਦਾ ਕਰੀ ਜਾਣ ਦੇ, ਸਾਨੂੰ ਦਿਲ ਚ ਵਸਾ ਲੈ ਪੱਟ ਹੋਣੀਏ, ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ। ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ,
ਨਹੀਂ ਹੁੰਦਾ, ਇੱਕ ਲਾਈਨ ਅਸੀਂ ਗਾਉਂਦੇ, ਤੁਸੀਂ ਗਾਉਂਦੇ, ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਆਉਂਦਾ, ਪਰ ਤੁਸੀਂ ਕੋਸ਼ਿਸ਼ ਕਰਿਓ। ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ, ਯਾਰਾਂ ਜਿਹੇ ਯਾਰ ਮਿਲੇ ਲੱਗੀ ਸੀਪ ਸੀ, ਦੇਖੀਆਂ ਪਹਾੜਾਂ ਉੱਤੇ ਰੁੱਖ ਝਾੜੀਆਂ, ਤੁਸੀਂ ਸਾਨੂੰ ਵੇਖ ਕਿਉਂ ਨਹੀਂ ਮਾਰਦੇ ਤਾੜੀਆਂ। ਉਹ ਕਈ ਚੋਤੇ ਸੂਏ ਟੱਪੇ ਥਾਂ ਲੱਭ ਗਈ, ਜਿਹੜੀ ਅਸੀਂ ਭਾਲਦੇ ਸੀ ਛਾਂ ਲੱਭ ਗਈ, ਉੱਚੀ ਜਿਹੀ ਢਾਬ ਉੱਤੇ ਪਈ ਛੰਨ ਸੀ, ਆ ਗਏ ਨਜ਼ਾਰੇ ਹੋ ਗਈ ਤਨ ਤਨ ਸੀ, ਉੱਥੋਂ ਅਸੀਂ ਬੈਠ ਕੇ ਚੁਫੇਰਾ ਤੱਕਿਆ, ਉਹ ਰੱਬ ਦਾ ਬਣਾਇਆ ਹੋਇਆ ਘੇਰਾ ਤੱਕਿਆ, ਕੋਈ ਕੋਈ ਜਾਂਬਦਾ ਸੀ ਸ਼ਹਿਰ ਵੱਲ ਨੂੰ, ਕੋਈ ਬੈਠਾ ਸੁਣਦਾ ਹਵਾ ਦੀ ਗੱਲ ਨੂੰ। ਹੋ ਤਿੱਲੇ ਵਾਲੀ ਜੁੱਤੀ ਉੱਤੇ ਧੂੜ ਪੈ ਗਈ, ਕੰਬਲੀ ਦੀ ਬੰਬੀ ਕੰਢਿਆ ਨਾ ਖਹਿ ਗਈ, ਜੰਗਲ ਚ ਘੁੰਮਦੇ ਨੂੰ ਖੂੰਡੀ ਲੱਭ ਗਈ, ਮੋਰਨੀ ਦੀ ਕੂਕ ਜਿਵੇਂ ਝੂੰਡੀ ਵੱਢ ਗਈ। ਮੈਨੂੰ ਲੱਗੇ ਵੇਲੇ ਮੱਝੀਆਂ ਮੈਂ ਚੋਰਦਾ, ਉੱਤੇ ਨੂੰ ਨਿਗਾਹਾਂ ਮੌਲਾ ਨੂੰ ਨਿਹਾਰਦਾ, ਕੋਈ ਬੰਨੇ ਪੱਗ ਸਰਤਾਜ ਦੀ ਤਰ੍ਹਾਂ, ਲਾਵੇ ਸੱਪੇ ਚ ਮਹਾਰਾਜ ਦੀ ਤਰ੍ਹਾਂ, ਹੋ ਕੇ ਫਿਰ ਤਿਆਰ ਤਸਵੀਰਾਂ ਲਾ ਲਈਆਂ, ਹੋ ਕੇ ਫਿਰ ਤਿਆਰ ਤਸਵੀਰਾਂ ਲਾ ਲਈਆਂ, ਵੱਡੀਆਂ ਕਰਾ ਕੇ PTC ਤੇ ਲਾ ਲਈਆਂ। ਇਹਦੇ ਲਈ ਦਰਸ਼ਕ ਗਾਣਾ ਲਿਖਿਆ ਸੀ। ਉਹ ਆਉਂਦੇ ਹੋਏ ਹੋਰ ਇੱਕ ਯਾਦ ਸੀ ਜੁੜੀ, ਬਾਲਣ ਦੀ ਪੰਡ ਚੁੱਕੀ ਨਿੱਕੀ ਜਿਹੀ ਕੁੜੀ, ਛੋਟੀ ਜਿਹੀ ਬਾਂਹ ਤੇ ਸੀ ਲਫਾਫਾ ਟੰਗਿਆ, ਪਤਾ ਨੀ ਗਰੀਬਣੀ ਨੇ ਕਿੱਥੋਂ ਮੰਗਿਆ, ਅਸੀਂ ਕੋਲੋਂ ਲੰਘੇ ਤਾਂ ਪਿਆਰੀ ਲੱਗੀ ਸੀ, ਆ ਕੁੱਲ ਕਾਇਨਾਤ ਤੋਂ ਨਿਆਰੀ ਲੱਗੀ ਸੀ, ਅਸੀਂ ਗੱਡੀ ਰੋਕ ਲਈ ਸੀ ਉਸ ਵਾਸਤੇ, ਇੰਨੀ ਦੇਰ ਤੱਕ ਰੁਕਣ ਵਾਲੇ ਹੋ ਤੁਹਾਡੇ ਸਦਕੇ ਜਾਂਦੇ ਆ, ਅਸੀਂ ਗੱਡੀ ਰੋਕ ਲਈ ਸੀ ਉਸ ਵਾਸਤੇ, ਉਹਨੂੰ ਕੁਝ ਦਿਆਂਗੇ ਜੀ ਇਸ ਵਾਸਤੇ, ਪਰ ਗੱਡੀ ਦੇਖ ਰੁਕਦੀ ਉਹ ਡਰ ਗਈ ਸੀ, ਪਤਾ ਹੀ ਨਹੀਂ ਲੱਗਿਆ ਕਿੱਧਰ ਗਈ ਸੀ, ਪੰਡ ਤੇ ਲਫਾਫਾ ਬੱਚੀ ਸੁੱਟ ਦੌੜ ਗਈ, ਸਾਡੀਆਂ ਖਵਾਹਿਸ਼ਾਂ ਨੂੰ ਲੁੱਟ ਦੌੜ ਗਈ। ਕਿਉਂ ਦੌੜੀ? ਉਹਨੂੰ ਸ਼ਾਇਦ ਲੱਗਿਆ ਏ ਉਹੀ ਨੇ ਬੰਦੇ, ਜਿਹਦੇ ਖੇਤੋਂ ਚੁੱਕੇ ਨੇ ਮੈਂ ਸੁੱਕੇ ਜਏ ਡੰਡੇ, ਪੁੱਛੋ ਨਾ ਜੀ ਸੀਨੇ ਵਿੱਚ ਛੇਕ ਪੈ ਗਿਆ। ਓਏ ਮਿਊਜ਼ਿਕ ਇੰਡਸਟਰੀ ਵਾਲਿਓ, ਤੁਹਾਨੂੰ ਤਾਂ ਪਤਾ ਹੀ ਹੈ ਸ਼ਾਇਰਾਂ ਦਾ ਦਿਲ ਕਿੱਦਾਂ ਦਾ ਹੁੰਦਾ, ਪੁੱਛੋ ਨਾ ਜੀ ਸੀਨੇ ਵਿੱਚ ਛੇਕ ਪੈ ਗਿਆ, ਬਾਲਣ ਲਫਾਫਾ ਵੇਖਦਾ ਹੀ ਰਹਿ ਗਿਆ, ਪਤਾ ਨੀ ਸੀ ਕਿੰਨੀਆਂ ਰੀਜਾਨਾ ਚੁੱਕਿਆ, ਹੁਣ ਮਰ ਜਾਣੀ ਨੇ ਵਗਾ ਕੇ ਸੁੱਟਿਆ, ਮੈਨੂੰ ਇੰਜ ਲੱਗੇ ਮੈਥੋਂ ਪਾਪ ਹੋ ਗਿਆ, ਮੈਨੂੰ ਇੰਜ ਲੱਗੇ ਮੈਥੋਂ ਪਾਪ ਹੋ ਗਿਆ, ਫੇਰ ਸਰਤਾਜ ਚੁੱਪ ਚਾਪ ਹੋ ਗਿਆ।
ਫਿਰ ਮੈਂ ਆ ਕੇ ਇੱਕ ਹੋਰ ਗਾਣਾ ਲਿਖਿਆ, ਕਿਹੜਾ? ਓ ਮੇਰੀ ਜ਼ਿੰਦਗੀ ਵੀ ਇੱਕ ਨਾਟਕ ਕੀਤੇ, ਕਿਸਮਤ ਨੇ ਬੰਦ ਫਾਟ ਕੇ ਹੁੰਦੇ ਸੁਪਨੇ, ਘਾਤਕ ਘਾਤਕ ਤੜਕੇ ਤੜਕੇ ਮੌਲਾ ਜੀ, ਤੜਕੇ ਮੌਲਾ ਜੀ, ਜ਼ਿਰਾ ਹੀ ਭੁੱਲੇ ਪੱਟ ਕੇ ਹਾਡੇ ਢੰਗ ਨਵੀਂ ਕਈ ਅਟਕੇ ਜੀ, ਕਈ ਚਿਰ ਤੋਂ ਰਾਹ ਤੇ ਅਟਕੇ ਪਾ ਦਿਓ ਸੜਕੇ ਭੁੱਲੇ ਭੱਟ ਕੇ ਹਾਡੇ ਢੰਗ ਤਰੀਕੇ ਅਟਕੇ ਜੀ, ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮੌਲਾ ਜੀ। ਇਹ ਮਾਝੇ ਵਾਲਿਆਂ ਨੂੰ ਪਤਾ, ਮੈਨੂੰ ਸ਼ਾਹ ਜੀ ਕਹਿੰਦੇ ਇੱਕ ਮਿੰਟ ਰੁਕੋ ਕੱਟ ਕਰੋ। ਮੈਂ ਕੀ ਹੋਇਆ, ਕਹਿੰਦੇ ਤੁਸੀਂ ਗਲਤ ਲਫ਼ਜ਼ ਕਹਿਤੇ। ਮੈਂ ਕੀ, ਕਹਿੰਦੇ ਤੁਸੀਂ ਹਾਡੇ ਕਹਿਤਾ ਨਾਲੇ ਅਟਕੇ ਕਹਿਤਾ ਨਾਲੇ, ਅਤੇ ਮੈਂ ਕਹਿੰਦੀ ਸਾਡੇ ਇੱਦਾਂ ਹੀ ਹੁੰਦੇ ਆ। ਸੋ ਮਾਝੇ ਵਾਲਿਆਂ ਨੂੰ ਸਲਾਮ, ਕਿਉਂਕਿ ਜਿਸ ਧਰਤੀ ਨੇ ਦਾਤਾਂ ਨੂੰ ਕੁਝ ਖਾਸ ਬਣਾ ਦਿੱਤਾ, ਉਸ ਧਰਤੀ ਨੇ ਜੱਗ ਨੂੰ ਦੁੱਧੀ ਪੁੱਤੀ ਨਵਾ ਦਿੱਤਾ। ਮਾਝੇ ਵਾਲੇ ਸਤਿਗੁਰ ਦਾ ਦਰਬਾਰ ਚਲਾਉਂਦੇ ਨੇ, ਕਈ ਚਲਾਉਂਦੇ ਸਾਈਕਲ 'ਤੇ, ਕਈ ਕਾਰ ਚਲਾਉਂਦੇ ਨੇ, ਵੱਡੀਆਂ ਸੋਚਾਂ ਵਾਲੇ ਤਾਂ ਸਰਕਾਰ ਚਲਾਉਂਦੇ ਨੇ। ਮਾਲਵੇ ਵਾਲੇ ਜੁੜ ਬੈਠੇ, ਦਿਲਦਾਰ 'ਤੇ ਕੋਈ ਠੇਕਾ ਵੇਖੋ ਜੀ, ਬਾਕੀ ਗੱਲਾਂ ਛੱਡੋ, ਉੱਥੇ ਏਕਾ ਵੇਖੋ ਜੀ, ਮਲਵਈਆਂ ਦੀ ਨੀਤੀ ਕੁਝ ਸਰਦਾਰ ਚਲਾਉਂਦੇ ਨੇ। ਕਈ ਚਲਾਉਂਦੇ ਸਾਈਕਲ 'ਤੇ, ਕਈ ਕਾਰ ਚਲਾਉਂਦੇ ਨੇ, ਅਤੇ ਵੱਡੀਆਂ ਸੋਚਾਂ ਵਾਲੇ ਤਾਂ ਸਰਕਾਰ ਚਲਾਉਂਦੇ ਨੇ। ਅਤੇ ਦੁਆਬਾ ਸਤਲੁਜ ਅਤੇ ਬਿਆਸ ਦੇ ਦਰਮਿਆਨ ਦੀ ਜਿਹੜੀ ਜ਼ਮੀਨ ਹੈ ਉਹ ਦੁਆਬਾ ਕਿ ਸਤਲੁਜ ਤੋਂ ਸੁਰ ਲੈ ਲਈ ਅਤੇ ਉੱਪਰ ਨੂੰ ਤੁਰ ਗਏ ਆ। ਉਹ ਕਹਿੰਦੇ ਨੇ ਤੁਰ ਗਏ ਆ, ਕੀਤੇ ਹੋਏ ਆ ਉਹ ਮਾਲਵੇ ਵਾਲੇ ਕਹਿੰਦੇ, ਕੀਤੇ ਹੋਏ ਨੇ, ਆਏ ਹੋਏ ਨੇ। ਆ ਛੋਟੀਆਂ ਛੋਟੀਆਂ ਫਰਕ ਨੇ ਜ਼ਬਾਨ 'ਚ। ਸਤਲੁਜ ਤੋਂ ਸੁਰ ਲੈ ਲਈ ਅਤੇ ਉੱਪਰ ਨੂੰ ਤੁਰ ਗਏ ਆ, ਸੁਣ ਸਰਤਾਜ ਬਿਆਸਾਂ ਦੇ ਵਿੱਚ ਅੱਖਰ ਖੁਰ ਗਏ ਆ, ਦੇਖ ਦੁਆਬਾ ਸਾਰਾ ਹੀ ਫਨਕਾਰ ਚਲਾਉਂਦੇ ਨੇ। ਕਈ ਚਲਾਉਂਦੇ ਸਾਈਕਲ 'ਤੇ, ਕਈ ਕਾਰ ਚਲਾਉਂਦੇ ਨੇ, ਵੱਡੀਆਂ ਸੋਚਾਂ ਵਾਲੇ ਤਾਂ ਸਰਕਾਰ ਚਲਾਉਂਦੇ। ਹੁਣ ਹੋ ਗਈ ਬੜੀ ਖੁਆਰੀ ਓਏ, ਬੜੀ ਖੁਆਰੀ ਜੀ, ਜਦ ਜਦ ਵੀ ਆਉਂਦੀ ਲਾਰੀ ਜੀ, ਅਸੀਂ ਰਹਿ ਜਾਈਏ ਹਰ ਵਾਰੀ, ਪਰ ਇਸ ਵਾਰੀ ਰੁਕਣਾ ਨਹੀਂ, ਬੜਾ ਇੱਧਰ ਉੱਧਰ ਦੌੜੇ, ਹੁਣ ਸਾਨੂੰ ਕੁਝ ਨਾ ਹੋੜੇ, ਕੋਈ ਕਰਨੀ ਵਾਲਾ ਪੌੜੇ, ਹਿਚਕਲ ਜੱਗਣ ਮੁੱਕਣਾ ਨਹੀਂ। ਅਦਰ ਜੋਸ਼ ਨੂੰ ਲਾ ਕੇ ਅੱਡੀ, ਸ਼ਰਧਾ ਨੂੰ ਕਰਕੇ ਵੱਡੀ, ਅਸੀਂ ਕੱਢੀ ਤੇ ਅੱਖ ਕੱਢੀ ਜਾਣਾ, ਚੜ੍ਹ ਕੇ ਮੌਲਾ ਜੀ, ਚੜ੍ਹ ਕੇ ਮੌਲਾ ਜੀ, ਰਾਹੀ ਭੁੱਲੇ ਭੱਟ ਕੇ ਹਾਡੇ ਢੰਗ ਤਰੀਕੇ ਅਟਕੇ ਜੀ, ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਮਾਰਾ। ਇਹ ਚਿਮਟਿਆਂ ਨਾਲ ਹੀ ਮਸਤੀਆਂ ਨੇ, ਇਹ ਚਿਮਟਿਆਂ ਨਾਲ ਹੀ ਮਸਤੀਆਂ ਨੇ, ਆ ਜਾਗੇ ਰੂਹ ਜਦ ਪਾਉਂਦਾ ਇਹ ਸ਼ੋਰ ਚਿਮਟਾ, ਇਹ ਤਾਂ ਨੈਣਾਂ ਨੂੰ ਲਾਲੀਆਂ ਬਖਸ਼ਦਾ ਏ,
ਇਹ ਤਾਂ ਜਜ਼ਬਿਆਂ ਨੂੰ ਦਿੰਦਾ ਜ਼ੋਰ ਚਿਮਟਾ, ਇਹਦੀ ਛਮ ਛਮ ਦਾ ਨਸ਼ਾ ਸ਼ਰਾਬ ਵਰਗਾ, ਤੇ ਕੋਈ ਆਖਦਾ ਦਿਲਾਂ ਦਾ ਚੋਰ ਚਿਮਟਾ, ਤਾਂ ਹੀ ਸੁਰਤ ਜੁੜਦੀ ਤੇ ਹੱਥ ਨੱਚਦੇ ਨੇ, ਆ ਸਰਤਾਜ ਨੂੰ ਦਿੰਦਾ ਏ ਲੋਰ ਚਿਮਟਾ। ਅਸੀਂ ਬੜੇ ਹੀ ਮਾਤਰ ਲੱਭੇ ਜੀ ਪਰ ਫਸ ਗਏ ਹੁਣ ਕੱਬੇ ਜੀ, ਅਸੀਂ ਚਣੇ ਲੋਹੇ ਦੇ ਚੱਬੇ ਤੇ ਪੀੜਾਂ ਵੀ ਸਹਿ ਗਏ, ਅਰਮਾਨ ਵੀ ਪੈ ਗਏ ਮੱਠੇ, ਆਸਾਂ ਦੇ ਮਹਿਲ ਵੀ ਢੱਠੇ, ਅਸੀਂ ਵਰਗੇ ਕਲਕੇ ਇਕੱਠੇ ਤੇ ਚੁੱਪ ਕਰਕੇ ਬਹਿ ਗਏ। ਆ ਗ੍ਰੀਨ ਰੂਮ ਚ ਕਹਿੰਦੇ ਸਰਤਾਜਾ ਹੁਣ ਤੇਰਾ ਕਿਨ ਸੁਣਨਾ ਵਾ ਜਾ, ਕਹਿੰਦੇ ਲੇਟ ਹੋ ਗਿਆ ਤੁਸੀਂ ਕਾਹਨੂੰ ਛੱਡੋ ਭਰਾ, ਬੋਰ ਕਰੋਗੇ ਲੋਕਾਂ ਨੂੰ। ਮੈਂ ਕਿਹਾ ਚਲੋ ਕੋਈ ਨੀ, ਹਾਜ਼ਰੀ ਦਿਵਾਉਣੀ ਆ, ਤੁਹਾਨੂੰ ਚੰਗਾ ਲੱਗ ਰਿਹਾ ਜੀ ਇੱਕ ਵਾਰ ਜ਼ੋਰ ਦਾ ਤਾੜੀ ਮਾਰ ਦੇ। ਆ ਪਿਛਲੇ ਕਹਿਣ ਸਰਤਾਜਾ ਤੇਰਾ ਕਿਨ ਸੁਣਨਾ ਵਾ ਜਾ, ਓਏ ਅੱਜ ਗੁੱਸੇ ਤੇਰਾ ਖੋਆ ਜਾ, ਇਹ ਦਿਲ ਧੜਕੇ ਮੌਲਾ ਜੀ ਧੜਕੇ ਮੌਲਾ ਜੀ, ਜ਼ੀਰਾ ਹੀ ਭੁੱਲੇ ਭਟਕੇ ਸਾਡੇ ਢੰਗ ਤਰੀਕੇ ਚਟਕੇ ਜੀ, ਕਈ ਚਿਰ ਤੋਂ ਰਾਹ ਵਿੱਚ ਅਟਕੇ ਪਾ ਦਿਓ ਸੜਕੇ ਕਾਫੀ ਹੋਏ ਦਿਲਦਾਰ ਜੀ, ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ, ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਪਰ ਜਾਨੀ ਦੇ, ਢਿੱਲੀ ਨਾ ਪਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ ਸ਼ੇਰੀ ਗਾਉਣਾ, ਕਿਉਂਕਿ ਵਕਤ ਘੱਟ ਹੈ। ਮੁਕੰਮਲ ਦੁਨੀਆਂ ਦੇ ਵਿੱਚ, ਜਹਾਨ ਦੇ ਵਿੱਚ ਤੁਸੀਂ ਵੀ ਤਵਾਰੀਖ ਪੜ੍ਹੀ ਹੋਣੀ, ਹਿਸਟਰੀ ਪੜ੍ਹੀ ਹੋਣੀ ਹੈ। ਮੇਰਾ ਨਹੀਂ ਖਿਆਲ ਕਿ ਐਡੀ ਛੋਟੀ ਉਮਰ ਦੇ ਵਿੱਚ ਕਿਸੇ ਮਜ਼ਹਬ ਦੇ ਵਿੱਚ ਸ਼ਹਾਦਤ ਹੋਈ ਹੋਵੇ। ਸਾਨੂੰ ਸੁਬਹ ਸ਼ਾਮ ਜ਼ਰੂਰ ਯਾਦ ਕਰ ਲੈਣਾ ਚਾਹੀਦਾ ਉਹਨਾਂ ਦੇ ਲਈ। ਸ਼ੇਰ ਹੈ ਛੋਟੇ ਸਾਹਿਬਜ਼ਾਦਿਆਂ ਦੇ ਲਈ, ਜਿਗਰਾਇਓ ਕਿੱਥੋਂ ਮਿਲਿਆ ਛੋਟੇ ਫਰਜ਼ੰਦਾਂ ਨੂੰ, ਜੈਕਾਰੇ ਲਾਉਂਦੇ ਆਖਣ ਜੀ ਉਸ ਰਿਨ ਦੇ ਉਹ ਕੰਧਾਂ ਨੂੰ, ਕਿਉਂ ਨਹੀਂ ਸੀ ਨਿੱਕੀਆਂ ਉਮਰਾਂ ਦਹਿਸ਼ਤ ਵਿੱਚ ਦਹਿਲਦੀਆਂ, ਨੀਹਾਂ ਮਜ਼ਬੂਤ ਕਰ ਗਏ ਉਹ ਮਜ਼ਹਬ ਦੇ ਮਹਿਲ ਦੀਆਂ,
ਤੱਕਿਓ ਸਰਹਿੰਦ ਵਿੱਚ ਜਾ ਕੇ ਹਾਂ ਓਯੋ ਦੀਵਾਰ ਜੀ ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਗੋਰਾ ਮਿਲਿਆ ਰੱਖਦਾ ਸੀ ਬਾਜ਼ਾਂ ਨੂੰ ਉਸੇ ਨੇ ਸੁੱਚੇ ਕਰਤਾ ਏ ਝੂਠੇ ਸਰਤਾਜਾਂ ਨੂੰ ਸ਼ਾਇਰ ਕਲਮਾਂ ਨੂੰ ਸਮਝਣ ਹੁਣ ਆਪਣੀ ਤਲਵਾਰ ਜੀ ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਬਣਿਆ ਇੱਕ ਦਿਨ ਮੈਨੂੰ ਬੰਦਾ ਬਣਿਆ ਕਹਿੰਦਾ ਸਰਦਾਰ ਜੀ ਸੁਣਿਆ ਉਸ ਕੌਮ ਚ ਕਾਫੀ ਹੋਏ ਦਿਲਦਾਰ ਜੀ ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਗੁਰਬਾਨੀ ਇਸ਼ਕ ਅਨੋਖੇ ਉਸ ਦਿਲ ਬਰ ਜਾਨੀ ਦੇ ਦਿੱਲੀ ਨਾ ਪਈ ਮੈਦਾਨੀ ਜਿਸ ਦੀ ਰਫਤਾਰ ਜੀ ਸੁਣਿਆ ਉਸ ਪਹੁੰਚ ਕਾਫੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਫੰਦਾ ਅੱਛਾ ਓਏ ਠੀਕ ਹੈ ਜੀ ਠੀਕ ਹੈ ਮੈਨੂੰ ਥੋੜ੍ਹੀ ਜਿਹੀ ਸੋਚ ਆ ਕਿ ਤੁਹਾਡਾ ਵਕਤ ਜ਼ਾਇਆ ਨਾ ਹੋਵੇ ਕਿਉਂਕਿ ਸਾਡੇ ਵਰਗੇ ਤਾਂ ਚਲੋ ਆਉਂਦੇ ਜਾਂਦੇ ਰਹਿੰਦੇ ਆ ਪਰ ਤੁਹਾਡਾ ਵਕਤ ਜ਼ਿਆਦਾ ਕੀਮਤੀ ਆ ਮਨਜੀਤ ਬਾਈ ਨੇ ਖੜ੍ਹੇ ਹੋ ਕੇ ਹੁਕਮ ਕੀਤਾ ਅਤੇ ਮੈਨੂੰ ਬੜਾ ਜ਼ਰੂਰੀ ਆ ਅਤੇ ਮੈਂ ਇੱਕ ਲਾਈਨ ਇਹਦੀ ਵੀ ਗਾ ਦਿੰਦਾ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਇਹਨਾਂ ਨੂੰ ਗਾਉਣ ਦੇ ਜਰਾ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਤੁਸੀਂ ਜੋ ਵੀ ਆਖੋ ਇਹੋ ਸ਼ਾਮੀ ਘੁੱਟ ਲਾਈ ਲੈਂਦੇ ਨਸ਼ਾ ਜੇ ਨਹੀਂ ਹੁੰਦਾ ਚਲੋ ਸਿਰ ਜਾ ਘੁਮਾਈ ਲੈਂਦੇ ਆ ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾਈ ਲੈਂਦੇ ਸਰਿਆ
ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾਈ ਲੈਂਦੇ, ਅੰਡੇ ਨਾਲ ਗੰਡੇ ਨਾਲ ਖਾਰੇ ਨਾਲ ਠੰਡੇ ਨਾਲ ਜਿੱਤਦੇ ਨਿਸ਼ਾਨ ਸਦਾ। ਪਹਿਲਾ ਵਾਰ ਕਰਮਾਂ ਦਾ ਚਾਰ ਵੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ ਪਿਆਰ ਨਾਲ ਲਾਲਚੀ ਜਾਂ ਡੰਡੇ ਨਾਲ ਜਿੱਤਦੇ ਨਿਸ਼ਾਨ ਸਦਾ। ਪਹਿਲਾ ਵਾਰ ਕਰਮਾਂ ਦਾ ਛੋਂ ਵਾਰ ਖੰਡੇ ਨਾਲ ਜੀ। ਆਖਿਰ 'ਚ ਮੈਂ ਸਿਰਫ ਆਪਣਾ ਇੱਕ ਪਸੰਦੀਦਾ ਮੇਰਾ ਫੇਵਰੇਟ ਸੌਂਗ ਆ ਉਹਦੀਆਂ ਦੋ ਲਾਈਨਾਂ ਕਰਕੇ ਮੈਂ ਤੁਹਾਡੇ ਤੋਂ ਵਿਕਸਿਤ ਆਵਾਂਗਾ। ਇਹ ਹਮਾਰਾ ਲੜਕਾ ਗਜ ਸੇ ਬੈਂਦੇ ਵਜਾਤਾ ਵਜਾਓ ਜਰਾ ਭਈਆ ਸੁਨੀਲ ਭਾਜੀ ਦੇਖੋ। ਇਨਵੈਂਸ਼ਨ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਜ਼ਿੰਦਗੀ ਵਿੱਚ ਜਿੰਨੇ ਵੀ ਅਫਸਾਨੇ ਗਾਣੇ ਲਿਖੇ ਇਹ ਦੋ ਡਾਇਰੀਆਂ ਮੇਰੀਆਂ ਭਰੀਆਂ ਹੋਈਆਂ। ਪਰ ਜੇ ਕਈ ਵਾਰ ਕਿਸੇ ਬੰਦੇ ਦਾ ਫੇਵਰੇਟ ਸੌਂਗ ਹੁੰਦਾ ਨਹੀਂ, ਹਰ ਕਹਿੰਦੇ ਮੈਨੂੰ ਸਾਰੇ ਗਾਣੇ ਚੰਗੇ ਲੱਗਦੇ ਪਰ ਮੇਰਾ ਫੇਵਰੇਟ ਹੈਗਾ ਦਿਸ ਇਜ਼ ਮਾਈ ਫੇਵਰੇਟ ਸੌਂਗ ਆਫ ਮਾਈਨ। ਚਾਨਣੀ ਨੇ ਪੁੰਨਿਆਂ ਤੇ ਜਲਸਾ ਲਗਾਇਆ, ਸੱਦਾ ਝੀਲ ਨੂੰ ਵੀ ਆਇਆ, ਚੰਦ ਮੁੱਖ ਮਹਿਮਾਨ ਸੀ। ਇਸ਼ਕ ਰੋਸ਼ਨੀ ਦੀ ਚੀਜ਼ ਹੈ
ਇਸ਼ਕ ਰੋਸ਼ਨੀ ਦੀ ਚੀਜ਼ ਹੈ ਜੀ, ਇਸ਼ਕ ਰੋਸ਼ਨੀ ਦੀ ਚੀਜ਼ ਹੈ। ਅਵਾਰਡ ਦੀ ਜਲੰਧਰ ਪੱਕੀ ਥਾਂ ਸਾਡਾ ਨੇੜੇ ਹੀ ਕਰਾਏ ਉਹਨੂੰ ਕਹਿੰਦੇ ਬਜਰਾਰਨੀ। ਪੀਟੀਸੀ ਅਵਾਰਡ ਦੀ ਜਲੰਧਰ ਪੱਕੀ ਥਾਂ ਸਾਡੇ ਬਡੇਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਮੇਰੇ ਸਭ ਤੋਂ ਪੁਰਾਣੇ ਅਜ਼ੀਜ਼ ਦੋਸਤ ਪੀਏਪੀ ਦੇ ਗਰਾਊਂਡ 'ਚ ਬੈਠੇ ਹਾਂ ਤੁਹਾਡੀ ਬਨਿਸਬਤ, ਔਰ ਇਹ ਪੱਕੀ ਥਾਂ ਆ। ਰਾਜੀ ਮੈਂ ਆਉਂਦਾ ਜਦੋਂ ਪਹਿਲਾਂ ਫੋਨ ਆਇਆ ਕਿ ਇਹ ਅਵਾਰਡ ਪਹਿਲਾਂ ਮੇਰੇ ਖਿਆਲ ਮਾਰਚ 'ਚ ਸੀਗੇ, ਇਹ ਗਰਾਊਂਡ ਨਹੀਂ ਮਿਲੀ ਇਸ ਕਰਕੇ ਅਵਾਰਡ ਪਿੱਛੇ ਕਰਦਾ, ਪਰ ਕਰਨਾ ਕਹਿੰਦੇ ਇੱਥੇ ਹੀ ਆ। ਸੋ ਇਸ ਧਰਤੀ ਨੂੰ ਸਲਾਮ ਜਲੰਧਰ, ਇਹ ਫਨਕਾਰਾਂ ਦੀ ਧਰਤੀ ਆ। ਪੀਟੀਸੀ ਅਵਾਰਡ ਦੀ ਜਲੰਧਰ ਪੱਕੀ ਥਾਂ ਸਾਡਾ ਨੇੜੇ ਹੀ ਕਰਾਏ ਉਹਨੂੰ ਕਹਿੰਦੇ ਬਜਰਾਰਨੀ। ਟੀਵੀ ਉੱਤੇ ਕੈਮਰੇ ਤੇ ਗਾਉਂਦਾ ਏ ਹਜ਼ਾਰੇ ਵਾਲਾ ਮੁੰਡਾ, ਹੱਥ ਚਿੰਗਟੇ ਦਾ ਕੁੰਡਾ, ਪੈਂਦੀ ਧਮਕ ਲਹਾਰ ਉਹ ਪੈਂਦੀ ਧਮਕ ਲਹਾਰ ਉਹ ਪੈਂਦੀ ਧਮਕ ਲਹਾਰ ਧਮਕ ਲਹਾਰ ਧਮਕ ਲਹਾਰ ਓ ਸੁਣਿਆ ਕੇ ਤੇਰਾ ਕਾਲੇ ਰੰਗ ਦਾ ਤਵੀਤ ਉਹ ਵਿੱਚ ਸਾਂਭੇ ਹੋਏ ਨੇ ਗੀਤ ਆਨੀ ਤੂੰ ਮਾਹੀ ਸਰਤਾਜ ਦੇ ਹੋਵੇ ਤਾਂ ਦੇ ਹੋਵੇ ਤਾਂ ਦੇ ਹੋਵੇ ਤਾਂ ਦੇ ਹੋਵੇ ਸੱਚੀ ਇਹੋ ਜਿਹੀ ਪ੍ਰੀਤ ਹੈ ਮੁਹੱਬਤਾਂ ਦੀ ਰੀਤ, ਲੋਕੀ ਇਸੇ ਨੂੰ ਨਵਾਜਦੇ ਉਹ ਲੋਕੀ ਤਾੜੀਆਂ ਵੀ ਮਾਰਦੇ ਉਹ ਲੋਕੀ ਤਾੜੀਆਂ ਵੀ ਮਾਰਦੇ ਉੱਥੇ ਉਹ ਇਜਾਜ਼ਤਾਂ ਸਰਤਾਜ ਨੂੰ ਕਿਆ ਸਮਝਦੇ ਮਹਾਰਾਜ ਪ੍ਰਕਾਸ਼ ਜੀ, ਕਮਾਲ ਹੋ ਗਿਆ। ਥੈਂਕ ਯੂ ਸੋ ਮੱਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੰਨੀ ਦੇਰ ਬੈਠ ਕੇ ਸਾਨੂੰ ਇੰਨੀ ਦਾਤ ਦਿੱਤੀ, ਦੁਆਵਾਂ ਦਿੱਤੀਆਂ, ਔਰ ਪਰਮਾਤਮਾ ਇਹ ਪਿੱਛੋਂ ਪੁੱਛ ਲਓ, ਰੌਲਾ ਨਾ ਪੈ ਜੇ। ਉਹ ਬੂਟ ਲੈ ਨਹੀਂ ਹੁੰਦੇ ਮੈਂ ਬੁਲਟ ਕਿੱਥੋਂ ਲੈ ਲਵਾਂ, ਸਾਡਾ ਤਾਂ ਕੋਈ ਅੰਕਲ ਵੀ ਹੈ ਨੀ ਜਿਹਨੂੰ ਕਹਿਲਵਾਂ, ਉਹ ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ, ਉਹ ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ, ਨੀ ਹੋ ਦੱਸਦੀ ਭਾਲਦੀ
Love you. Love you.